ਚੱਲ ਫੇਰ ਕੀ ਹੋਇਆ ਜੇ ਸਾਡੇ ਮਾਂ ਪਿਓ ਨਹੀਂ ਹੈਗੇ ਮੇਰੇ ਚਾਚੇ ਦਾ ਮੁੰਡਾ ਜ਼ਮੀਨ ਵਾਹੀ ਜਾਂਦਾ ਗਾ ਚੱਲ ਕੋਈ ਨਾ ਦੇਖਦੇ ਉਹਨੂੰ ਪੁੱਛਦੇ ਹਾਂ ਜੇ ਉਹ ਕਰੂਗਾ ਜ਼ਮੀਨ ਛੱਡੂਗਾ ਤਾਂ ਚੱਲ ਦੇਖਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹਾਂ ਬੋਲ ਬਾਈ ਮੈਂ ਜ਼ਮੀਨ ਦੀ ਗੱਲ ਕਰਨੀ ਜਿਹੜੀ ਮੈਂ ਤੁਹਾਨੂੰ ਅਸੀਂ ਠੇਕੇ ਦਿੰਦੇ ਹੁੰਦੇ ਸੀਗੇ ਉਹ ਜ਼ਮੀਨ ਤਾਂ ਮੈਂ ਕਿਸ ਦੀ ਖਰੀਦ ਲਈ ਉਹਦਾ ਮੈਂ ਖਰੀਦੀ ਆ ਦੇ ਪਿਓ ਤੋਂ ਕਿਦੋਂ ਦੀ ਅਸੀਂ ਤੁਹਾਨੂੰ ਜਿਹੜੀ ਤੁਹਾਡੀ ਠੇਕੇ ਦੇ ਜਾਂਦੇ ਹੁੰਦੇ ਸੀਗੇ ਜ਼ਮੀਨ ਹੀ ਠੇਕੇ ਦੇ ਕਿਦੋਂ ਉਹਦਾ ਮੈਂ ਕਿਸ ਦੀ ਖਰੀਦ ਲਈ ਯਾਰ ਜਿੱਦਾਂ ਤੇਰਾ ਪਿਓ ਮਰਿਆ ਉਦੋਂ ਮੈਂ ਖਰੀਦ ਲਈ ਨਾਲੇ ਮੈਂ ਤਾਂ ਰਿਕਾਰਡ ਵੀ ਦਿਖਾ ਦਿੰਦਾ ਜੇ ਤੈਨੂੰ ਨਹੀਂ ਜਿੱਕੇ ਇਹਦਾ ਜਾਲੀ ਰਿਕਾਰਡ ਨੇ ਜਾਲੀ ਯਾਰ ਕਿਤੇ ਮਰਜ਼ੀ ਦਿਖਾ ਦੀ ਤੂੰ ਕਚਹਿਰੀਆਂ ਚ ਦਿਖਾ ਦੀ ਜਾਲੀ ਕਿੱਥੇ ਹੈਗਾ ਇਹਦਾ ਜਾਲੀ ਜਾਲੀ ਚੱਕੀ ਇਹ ਤਾਂ ਹੁਣ ਜਾਲੀ ਬਣਾਏ ਹੋਣਗੇ ਤੂੰ ਬਈ ਪੈਸੇ ਪੂਸੇ ਦੇ ਕੇ ਜੇ ਮੈਂ ਤੈਨੂੰ ਕਹੀਏ ਨਾ ਕਿਸੇ ਨਹੀਂ ਦਿਖਾ ਦੀ ਜਾਲੀ ਕਿਦੋਂ ਬਣਾ ਲੇ ਕੋਈ ਨਾ ਪਰਮਾਤਮਾ ਤਾਂ ਦੇਖਦੀ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤਾਂ ਹੋਊਗਾ ਕੋਈ ਨਾ ਪਾਣੀ ਦਾ ਪੂਣੀ ਦੇਖੀ ਜਾਊਗੀ ਛੜਾ ਲਾ ਯਾਰ ਜਿਹੜੀ ਜ਼ਮੀਨ ਛੜਾਉਣੀ ਆ ਤੂੰ ਕੋਈ ਨਾ ਛੜਾ ਲਾਂਗੇ ਛੜਾ ਲਈ ਯਾਰ ਤੂੰ ਚੰਗਾ ਚੰਗਾ ਉਹ ਮੁੰਡੇ ਆਪਾਂ ਮੀਟਿੰਗ ਤੇ ਚੱਲ ਕੇ ਆਉਣਾ ਸੀ ਯਾਰ ਚਲੋ ਜੀ ਫਿਰ ਹਾਂ ਚੱਲਦੇ ਆ ਆਪਾਂ ਮੀਟਿੰਗ ਤੇ ਹੈ ਹਾਂ ਤੇ ਉਹ ਚਾਹ ਪਾਣੀ ਤਾਂ ਨਹੀਂ ਪੀਣਾ ਕੋਈ ਨਾ ਚਾਹ ਪਾਣੀ ਤਾਂ ਪੀਣਾ ਹੀ ਚੱਲ ਚੱਲੀਏ ਆ ਜਾ ਫਿਰ ਚੱਲ ਗਏ ਆਪਾਂ ਚਲ ਆ ਜਾ ਫਿਰ ਲੇਟ ਹੋ ਜਾਾਂਗੇ ਆਪਾਂ ਮੀਟਿੰਗ ਚਲੋ ਜੀ ਫਿਰ ਹੋਰ ਸੰਦੇਹਾਂ ਵਿੱਚ ਚੱਲ ਗਏ ਫਿਰ ਉੱਥੇ ਆਏ ਪਹਿਲਾਂ ਵਗ ਜਾਏ ਤਾਂ ਮਿਲ ਜੇੜ ਲਾਂਗੇ ਗੱਡੀ ਫਿਰ ਇਹਦਾ ਢੱਕੀ ਖੜੀ ਆਪਣੀ ਹੁਣ ਆਪਾਂ ਉਹੀ ਲੈ ਚੱਲਦੇ ਆ ਗੱਡੀ ਚੱਲ ਉਹ ਲੈ ਚੱਲਦੇ ਆ ਆਪਾਂ ਕਿਹੜਾ ਬਾਹਲੀ ਬਾਠ ਜਾਣਾਗਾ ਚਲ ਜੀ ਚਲੋ ਖੜੀ ਰਹਿਣ ਦੇ ਚੱਲ ਕਿਉਂ ਆਇਆ ਵੀ ਫਿਰ ਇੱਥੇ ਉਹ ਕਰਨੀ ਕਤਰਨੀ ਫਿਰ ਔਖੀ ਆ ਯਾਰ ਚੱਲ ਆਇਆ ਸ਼ੇਰਾ ਫਿਰ ਚੱਲੀਏ ਲੇਟ ਹੋਈ ਜਾਂਦੇ ਆ ਫਿਰ ਚਲੋ ਜੀ ਫਿਰ ਰੋਟੀ ਰਾਟੀ ਖਾ ਲਈ ਸੀ ਤੈਂ ਹਾਂ ਖਾ ਕੇ ਆਇਆ ਸੀ ਮੈਂ ਹੋਰ ਚਾਹ ਪਾਣੀ ਨਾ ਬਸ ਜੀ ਚਾਹ ਬਸ ਠੀਕ ਹੈ ਫਿਰ ਬੈਠ ਫਿਰ ਚੱਲੀ ਗਏ ਕਰਾਂ ਆਪਾਂ ਲੇਟ ਹੋ ਗਏ ਹੁਣ ਹਾਂ ਹੋਰ ਚੱਲਦੇ ਆਪਾਂ ਲੇਟ ਹੋਈ ਜਾਂਦੇ ਆ ਵੱਧ ਕਿਵੇਂ ਆ ਸ਼ੇਰਾ ਸਤਿ ਸ਼੍ਰੀ ਅਕਾਲ ਬਿਲੂ ਸਤਿ ਸ਼੍ਰੀ ਅਕਾਲ ਹੋਰ ਠੀਕ ਆ ਹਾਂ ਜੀ ਤਾਇਆ ਹੋਰ ਫਿਰ ਕਿਵੇਂ ਮਾਰੇ ਗੇੜੇ ਉਹ ਤਾਂ ਮੇਰੇ ਚਾਚੇ ਦਾ ਮੁੰਡਾ ਜ਼ਮੀਨ ਨਹੀਂ ਦਿੰਦਾ ਹੈਗਾ ਉਹ ਜ਼ਮੀਨ ਦਾ ਕੀ ਚੱਕਰ ਪੈ ਗਿਆ ਤੁਹਾਡਾ ਉਹ ਤਾਂ ਨੱਪੀ ਬੈਠਾ ਹੈਗਾ ਮੇਰੇ ਡੈਡੀ ਡੂਡੀ ਨੇ ਉਹਦੇ ਠੇਕੇ ਠੂਕੇ ਦੇਤੀ ਸੀਗੀ ਹੁਣ ਮੇਰੇ ਮੰਮੀ ਡੈਡੀ ਤਾਂ ਮਰ ਗਈ ਹਾਂ ਉਹ ਠੇਕੇ ਠੂਕੇ ਤੇ ਦੇ ਕੇ ਇਹ ਦੁਆ ਤੇ ਨਾ ਮੈਨੂੰ ਹਿੱਸਾ ਦਿੰਦਾ ਉਹ ਆਪਦਾ ਨਾ ਮੈਨੂੰ ਕਿੱਲਾ ਕੁੱਲਾ ਦਿੰਦਾ ਫਿਰ ਤਾਂ ਉਹਦੇ ਨਾਲ ਗੱਲ ਨਹੀਂ ਕਰੀ ਕੋਈ ਗੱਲ ਕੀਤੀ ਸੀ ਉਹ ਕਹਿੰਦਾ ਕਿਹਨੂੰ ਬੁਲਾਣਾ ਬੁਲਾਣਾ ਜਿਹਨੂੰ ਪੁਲਿਸ ਨੂੰ ਮਰਜ਼ੀ ਬੁਲਾਣਾ ਜਿਹਨੂੰ ਬੁਲਾ ਕੇ ਲਿਆਉਣਾ ਜੀ ਚੱਲ ਕੋਣੀ ਸ਼ੇਰਾ ਮੈਂ ਹੁਣ ਮੀਟਿੰਗ ਤੇ ਜਾ ਕੇ ਆਉਣਾ ਹੈ ਹਾਂਜੀ ਤੇ ਫਿਰ ਆਪਾਂ ਕਰਦੇ ਆ ਗੱਲ ਕੋਣੀ ਆ ਜੀ ਘੰਟੇ ਕੁ ਤੱਕਰ ਚੰਗਾ ਮੇਰਾ ਘੰਟੇ ਕੁ ਦਾ ਕੰਮ ਹੈ ਮੈਂ ਮੀਟਿੰਗ ਤੇ ਜਾਇਆ ਮਾਂ ਕੋਈ ਨਾ ਹਾਂ ਉਧਰ ਲੇਟ ਹੋਈ ਜਾਂਦੇ ਅਸੀਂ ਨਹੀਂ ਤਾਂ ਹੁਣ ਆਪਾਂ ਕੋਈ ਕਰਾਂਗੇ ਹੱਲ ਤੇਰਾ ਜ਼ਰੂਰ ਕੋਈ ਨਾ ਡਰਨਾ ਸ਼ੇਰਾ ਕੋਈ ਹੌਸਲਾ ਨਾ ਸਿੱਟ ਕੋਈ ਨਾ ਹਾਂ ਹੌਸਲਾ ਨਾ ਸਿੱਟਣਾ ਚਾਹੀਦਾ ਸਾਰਾ ਕੁਝ ਹੋ ਜਾਂਦਾ ਹੁੰਦਾ ਹੈਗਾ ਹਾਂ ਇਹ ਤਾਂ ਚੱਲਦੀ ਰਹਿੰਦੇ ਆ ਹੋ ਜਾਂਦਾ ਸਾਰਾ ਕੁਝ ਹੀ ਹੋ ਜੂਗਾ ਤੇਰਾ ਕੰਮ ਕੋਈ ਨਹੀਂ ਕੋਈ ਗੱਲ ਨਹੀਂ ਇਹ ਜਿਹਾ ਤਾਂ ਤੂੰ ਪ੍ਰਵਾਹ ਨਾ ਕਰ ਇਹ ਤਾਂ ਆਪਣੇ ਭਾਵੇਂ ਹੱਸਦਾ ਖੇਲ ਹੈ ਕੀ ਵਿਚਾਰਾ ਗਰੀਬ ਦੀ ਜ਼ਮੀਨ ਕਿਉਂ ਦੱਬੀ ਹੈ ਵੀ ਤੈਨੂੰ ਦੱਸ ਖੜੋਈ ਗੇੜ ਖੋਲਦੀ ਗੇੜ ਖੋਲ ਜਾ ਗੇੜ ਖੋਲਦਾ ਹੀ ਖੜੋ ਲੈ ਚੱਲ ਫਿਰ ਹੁਣ ਆਪਾਂ ਮੀਟਿੰਗ ਤੋਂ ਆ ਗਏ ਚਲੋ ਜੀ ਚੱਲ ਆਪਾਂ ਉਹ ਕਰ ਗਏ ਹੁਣ ਕਰ ਗਏ ਕਿ ਉਹ ਮੁੰਡਾ ਵੀ ਕਹਿੰਦਾ ਸੀ ਉਹ ਵੀ ਆਉਣ ਵਾਲਾ ਹੋਊ ਉਹਦਾ ਵੀ ਕਰਨਾ ਕੰਮ ਕੀ ਕਹਿੰਦਾ ਸੀ ਉਹ ਵਿਚਾਰੇ ਦਾ ਜਵਾਕ ਦਾ ਹੋਰ ਚੱਲ ਉੱਥੇ ਬਹਿਨੇ ਆ ਦੋ ਮਿੰਟ ਆ ਜੂਗਾ ਇਤਨੇ ਹੋ ਜਵਾਕ ਉਹ ਕਹਿੰਦਾ ਸੀ ਮੁੰਡਾ ਆਉਣ ਨੂੰ ਉਹਦਾ ਵੀ ਕੰਮ ਕਰਕੇ ਆਉਣਾ ਹੈਗਾ ਵਿਚਾਰੇ ਦਾ ਕੰਮ ਕੀ ਕਹਿੰਦਾ ਸੀ ਉਹ ਕੀ ਉਹਦੇ ਨਾਲ ਧੱਕਾ ਹੋ ਰਿਹਾ ਹੈਗਾ ਇੱਥੇ ਲੋਕ ਤਾਂ ਬਸ ਆਈ ਨ ਗਏ ਮਾੜੇ ਨੂੰ ਕੋਈ ਨਹੀਂ ਛੱਡਦਾ ਪਤਾ ਨਹੀਂ ਕੀ ਗੱਲ ਆ ਵਿਚਾਰੇ ਗਰੀਬ ਦਾ ਗੱਲ ਤਾਂ ਖੈਰ ਪੂਰੀ ਉਹ ਦੱਸ ਕੇ ਨਹੀਂ ਗਿਆ ਸੁਣਦੇ ਹਾਂ ਕੀ ਕਹੂਗਾ ਉਹ ਵਿਚਾਰਾ ਉਹਦਾ ਆਪਾਂ ਸੁਣ ਕੇ ਗੱਲ ਉਹਦੀ ਵੀ ਕੀ ਕਰਗੇ ਉਹਦਾ ਵਿਚਾਰੇ ਦਾ ਯਾਰਾ ਚਲੋ ਕਰਾਉਂਦੇ ਹਾਂ ਉਹਦਾ ਕੁਰਸੀ ਲਿਆ ਮੁੰਡਿਆ ਚੱਕ ਕੇ ਚਾਹ ਉਰੇ ਇਹ ਕਰਾਂ ਕੁਰਸੀ ਲਿਆ ਚੱਕ ਕੇ ਕਰਦੇ ਹਾਂ ਕੋਈ ਗੱਲ ਉਹ ਐਂ ਕਰ ਸ਼ੇਰਾ ਤੇ ਉਹ ਚਾਹ ਨੂੰ ਕਹਿ ਦੇ ਮਾੜਾ ਜਿਹਾ ਹਾਂ ਚੱਲਾਂਗੇ ਫਿਰ ਆਪਾਂ ਉਹਦਾ ਵੀ ਸੁਣਦੇ ਹਾਂ ਦੁੱਖ ਉਸ ਵਿਚਾਰੇ ਦਾ ਲੋ ਜੀ ਚਾਹ ਲਿਆ ਸ਼ੇਰਾ
ਬਹਿ ਜਾਓ ਮੰਜਾ ਕਰ ਲਾ ਉਰੇ ਇੱਥੇ ਤੂੰ ਪੀ ਲਈ ਚਾਹ ਚੂ ਹਾਂ ਇੱਥੇ ਡਾਹ ਲਾ ਮੰਜਾ ਕੋਈ ਨਹੀਂ ਲੈ ਲੈ ਆਰਾਮ ਕਰ ਲੈ ਬੰਦਾ ਇੱਥੇ ਡਾਹ ਲਾ जमीन बारे मेरे चाचे का मुंडा जमीन नप गया जमीन छिड़ा आए गल देख जे तो तू आपे कुछ माड़ी मोटी हिम्मत कर लेगा फिर तो मैं थाने टूने से कहना या होर किसी अफसर कहना वह तो मैं कह दिना जे तू जमी नहीं कुछ कर सकता तो फिर भाई तेन थोड़ा जहा कुछ करना पू जा तू सू मुख्तियारनामा दे कोई ना ते जां उदा तू सू रजिस्ट्री करा दे फिर असं बहुत तो हकदार हो जाएंगे हूँ ऐसा अन्नी थे तो जाके सातों भी नहीं बहुत देख जमीन पा लांगे नकली कागज चक्की फिर कोई ना ये कागज भी चक्की फिर कागजा ने भी बल्ले ने अभी कागज कुगज कुछ नहीं करते फिर तुम्हें जमीन हाँ असं वह कर लाँगे तेन शरा दे देंगे असं जिहे तेरा हक बनता है जे तू तू दस की पैसे टका लेना है जा तेनू वह छड़ा के जमीन भी तेन आप दोधी कर लाँगे फिर ऐ कर लाँगे है असी तो देख उस कुछ खाना कट्टना नहीं खाता उन्ना कि खर्च होगा जे असी तेथों मन लाया तेरे दो किले तो भी बैठा हो किले का तो साडा उत्ते खर्च ही हो जाए हम असी अफसर भी पैसे वंडांगे तो मुंडे भी लिया बहरों फिर वह जमीन फिर बाही जाऊगी हो सकता मेरे वध ही लग जाए तू आया भी तेनू वह जमीन मैं छड़ा के किला दे दूंगा बस ओदे कोल नहीं रहनी चाहिए नहीं ओनू ओ दे ओ हे जे मैं 20 बल्ले नु उन्ना ओदी की पावर इथे जमीन च खड़ दे ओ कोई ना जे तू आप वाह सकदा फिर मैं तेरी मदद तो जरूर कर दंदा दे फिर ता पैसे टका तेरा लगूगा तूनू लाउणे पैणगे कोलों मैं तेनू जेड़े उसरा नु कहणा कतरना ओ मैं कह दूंगा जे तू ओ फिर पैसा टका ता बिल्लू इहे जे कम्मा ते खर्च हुंदा हुंदा हैगा क्यों हुण मुंडे बाहरों लियावांगे अफसर भी पैसे लैणगे ते सारा कुछ करना पऊगा कोई ना ਕੁੜੀ ਮੈਂ ਤੈਨੂੰ ਕਿੱਲਾ ਜ਼ਮੀਨ ਦਾ ਛੱਡ ਦੂੰ ਸਿਹੜਾ ਤੂੰ ਮੈਨੂੰ ਨਾ ਕਿੱਲੇ ਨਾ ਕਰਾ ਦੇ ਕੇਰਾ ਮੈਨੂੰ ਉਹਦੇ ਲੜਨ ਵਾਸਤੇ ਰਾਹ ਬਣ ਜੂਗਾ ਕੋਈ ਨਾ ਕਰਾ ਦੇ ਹਾਂ ਠੀਕ ਹੈ ਕੋਈ ਨਹੀਂ ਸਿਹੜਾ ਕੋਈ ਨਹੀਂ ਕਰਦਾ ਕੰਮ ਇਸ ਤਰ੍ਹਾਂ ਐਂ ਕਰਕੇ ਬਿੱਲੂ ਹਾਂਜੀ ਉਹ ਮੁੰਡਾ ਆਇਆ ਸੀ ਜ਼ਮੀਨ ਬਾਰੇ ਆਪਣੇ ਕੋਲੇ ਹਾਂ ਉਹ ਕਾਗਜ਼ ਪੱਤਰ ਤਾਂ ਮੈਂ ਤਿਆਰ ਕਰਾ ਲਿਆ ਸਾਰਾ ਜੀ ਤੇ ਹੁਣ ਆਪਾਂ ਉਹ ਕਬਜ਼ਾ ਲੈਣਾ ਹੈਗਾ ਠੀਕ ਹੈ ਤੇ ਕਬਜ਼ਾ ਆਪਾਂ ਫਿਰ 5-4 ਬੰਦੇ ਤਾਂ ਆਪਾਂ ਨੂੰ ਚਾਹੀਦੇ ਨੇ ਉੱਥੇ ਕਬਜ਼ੇ ਤੇ ਤੇ ਉਹ ਮੁੰਡਿਆਂ ਨੂੰ ਫੋਨ ਕਰ ਜਿਹੜੇ ਆਪਣੇ ਕੋਲੇ ਆਉਂਦੇ ਹੁੰਦੇ ਨੇ ਮੋਨੂ ਵਰਗੇ ਉਹਨਾਂ ਨੂੰ ਹੀ ਹਾਂ ਉਹਨਾਂ ਦੇ ਆਪਾਂ ਬਥੇਰੇ ਕੰਮ ਕਰੇ ਨੇ ਆਪਾਂ ਹੋਰ ਉਹ ਕਾਹਦੇ ਵਾਸਤੇ ਰੱਖੇ ਨੇ ਇਹਨਾਂ ਕੰਮਾਂ ਵਾਸਤੇ ਰੱਖੇ ਨੇ ਉਹਨਾਂ ਨੂੰ ਫੋਨ ਕਰ ਆਉਣਗੇ ਤੇ ਆਪਾਂ ਫਿਰ ਚੱਲਾਂਗੇ ਵਾਹਣ ਵਾਹਣ ਉਹਨਾਂ ਨੂੰ ਕਰਦੇ ਫੋਨ ਐਵੇਂ ਗਰੀਬ ਨਾਲ ਧੱਕਾ ਕਰੀ ਜਾਂਦਾ ਲੈ ਹਰੇਕ ਹੀ ਅਗਲੇ ਗਰੀਬ ਦੇ ਮੋਢੇ ਤੇ ਚੜ ਜਾਂਦਾ ਜਾ ਕੇ ਆਈ ਦੇਵਾਂਗੇ ਤੈਨੂੰ ਉੱਥੇ ਵਾਹਣ ਅਸੀਂ ਓਏ ਹੈਲੋ ਮੋਨੂ ਤੈਨੂੰ ਸਰਦਾਰ ਬੁਲਾਈ ਜਾਂਦਾ ਹਾਂ ਛੇਤੀ ਆ ਜਾ ਪੱਜ ਕੇ ਆਉਂਦੇ ਆ ਜੀ गरीब दी जमीन दबी बैठा सी ते ओ आपा जमीन ओ लई है ते ओदा आपा कब्जा लेना हैगा कर लाए कोई ना हां आपा बस अज लेना ही है कब्जा हो चलदे हां आपा उथे हां हुणी जाणा हां हुणी जाणा आपा ओनु कहता मवा हां तू आई उथे चलो फिर हां होर आपा की करना फिर गरीब दी जमीन दबी बैठा हो ਝਵੱਟ ਹੋ ਜਾਂਦਾ ਹੁੰਦਾ ਇਹ ਕੰਮਾਂ ਤੇ ਕਈ ਵਾਰਾਂ ਦਾ ਬੰਦਾ ਹੁੰਦੇ ਹੀ ਨਹੀਂ ਆਉਂਦਾ ਨਹੀਂ ਤੇ ਮਾੜਾ ਜਿਹਾ ਅਗਲੇ ਦਾ ਅੰਗ ਪੈ ਟੁੱਟਣ ਤੋਂ ਉਹਦਾ ਝੰਡ ਤੋਂ ਬਚ ਕੇ ਰੱਖੇ ਗੁੱਜੀਆਂ ਹੁੱਜਾਂ ਮਾਰੇ ਜੇ ਲੋਟ ਆ ਜੇ ਕਰਨਾ ਵੀ ਪੈ ਜੇ ਕੁਛ ਅਸਲ ਮੈਂ ਤਾਂ ਆਉਂਦਾ ਹੀ ਨਹੀਂ ਤੇ ਨਹੀਂ ਗੁੱਜੀਆਂ ਹੁੱਜਾਂ ਮਾਰਿਓ ਐਂ ਨਹੀਂ ਵੀ ਚੰਡ ਚੁੰਡ ਨਾ ਕਰੇ ਠੀਕ ਹੈ ਆਪਾਂ ਲਾਲਾ ਪਾਲਾ ਦਬਕਾ ਛਪਕਾ ਹੀ ਮਾਰਨਾ ਹੁੰਦਾ ਹੋਰ ਕੀ ਕਰਨਾ ਹੁੰਦਾ ਹੈਗਾ ਉਹ ਮੁੰਡਿਆ ਐਂ ਕਰ ਉੱਥੇ ਆਪਣੇ ਨਾ ਉਹ ਪਈ ਆ ਉਹ ਢੋਲੀ ਭਰੀ ਦੇਸੀ ਦੀ ਹੈ ਤੇ ਉਹ ਚ ਡੋਲੂ ਹੀ ਭਰ ਲਿਆ ਖੱਦਰ ਦਾ ਲਿਆਈ ਗਲਾਸ ਇਹੋ ਜਿਹੇ ਕੰਮਾਂ ਦਾ ਖੱਦਰ ਹੀ ਚੱਲਦਾ ਹੁੰਦਾ ਹੈਗਾ ਜਾਂ ਚੱਕ ਲਿਆ ਭੱਜ ਕੇ ਲਾਉਣਾ ਫਿਰ ਮੈਂ ਉਹ ਢੋਲੀ ਚੋਂ ਭਰ ਲਿਆ ਤਾਂ ਗੂੰਜੇ ਦੀ ਧਰੀ ਪਈ ਆ ਉਹ ਆਹੋ
ਆਈ ਨਹੀਂ ਫਿਰ ਬਾਹਲਾ ਟਾਈਮ ਲਾਦਾ ਫਿਰ ਜਾਣਾ ਵੀ ਆ ਓ ਇੱਥੇ ਆਉਂਦਾ ਹੁਸ਼ੇਰਾ ਪਾਸਾ ਆ ਗਿਆ ਆ ਲਓ ਲਾਓ ਮੁੰਡੇ ਦੋ ਦੋ ਪੈਸੇ ਆ ਲੈ ਲਾਓ ਕਾ ਜੱਟ ਤਾਂ ਦੇਸੀ ਡੋਲੂਆਂ ਕੀ ਪੀਂਦੇ ਹੁੰਦੇ ਨਾ ਫੇਰ ਹੀ ਕੰਮ ਕਰਦੀ ਐ ਮੜੇ ਕਾੜੇ ਜੇ ਲਾ ਲਿਓ ਕਰਾ ਤੂੰ ਚੱਕ ਲਾ ਓਏ ਐਨੇ ਹੁਸ਼ੇਰਾ जमीन गरीबा ਯਾਰ ਮੈਂ ਨਾ ਤੈਨੂੰ ਤਾਂ ਫੋਨ ਕੀਤਾ ਸੀਗਾ ਉਹ ਜਿਹੜਾ ਸਾਡੇ ਵਾਲਾ ਨਹੀਂ ਉਹ ਜ਼ਮੀਨ ਜੀ ਯਾਰ ਵਾਪਸ ਮੰਗੀ ਜਾਂਦਾ ਹੁਣ ਜੋ ਲੈ ਲਈ ਅਤੇ ਉਹ ਹੁਣ ਨਾ ਸਰਦਾਰ ਸਰਦੂਰ ਜੀ ਕਿਹੜਾ ਗਾ ਯਾਰ ਉਹਨੂੰ ਵੇਚਤੀ ਨੈਬ ਸਰਦਾਰ ਹੈਗਾ ਨੈਬ ਸਰਦਾਰ ਸੱਚ ਹਾਂ ਉਹਨੂੰ ਵੇਚਤੀ ਉਹ ਹੁਣ ਵਾਲੀ ਉਹ ਕਰੀ ਜਾਂਦਾ ਸੀਗਾ ਕਹਿੰਦਾ ਕਬਜ਼ਾ ਲੈ ਲਾਂਗੇ ਐਂ ਕਰ ਲਾਂਗੇ ਤਾਂ ਹੀ ਤੈਨੂੰ ਬੁਲਾਇਆ ਸੀਗਾ ਮੈਂ ਕਬਜ਼ਾ ਕੁਬਜ਼ਾ ਐਂ ਕਿਵੇਂ ਲੈ ਲੈਣਗੇ ਯਾਰ ਹਾਂ ਆਪਾਂ ਦੋਵਾਂ ਵਾਲੇ ਹੋਣਗੇ ਯਾਰ ਦੇਖੀ ਜਾਊ ਐਂ ਕੀ ਕਰ ਦੇਣਗੇ ਯਾਰ ਉਹ ਆਪਣਾ ਜੇ ਹੋਏ ਉਹਨਾਂ ਕੋਲ ਹਥਿਆਰ ਤਕੜੇ ਫਿਰ ਤਾਂ ਭੱਜ ਜਾਾਂਗੇ ਹਾਂ ਦੇਖੀ ਜਾਊ ਨਹੀਂ ਦੇਖਿਓ ਕੱਲ ਦੇ ਦਾ ਜਵਾਬ ਆ ਤਾਂ ਬੰਨਣੀ ਹੁੰਦੀ ਆਪਾਂ ਬਾਅਦ ਚ ਤਾਂ ਨਹੀਂ ਕੱਲ ਦੇ ਦਾ ਜਵਾਬ ਆ ਦੋ ਦਿਨ ਮਾਰ ਕੇ ਭਜਾ ਦਾਂਗੇ ਉਰੇ ਠੀਕ ਚਲ ਆਉਂਦੇ ਉਹਨਾਂ ਨੂੰ ਦੇਖਦੇ ਫਿਰ ਬਸ ਆਉਣ ਦੀ ਹੋਣਗੇ ਬਸ ਆਪਾਂ ਦੇਖਦੇ ਆ ਉਹਨਾਂ ਨਾਲ ਓਏ ਹੋ ਨਹੀਂ ਆਉਂਦੇ ਲੱਗਦੇ ਓਏ ਓਏ ਹੋ ਆਉਂਦੇ ਆ ਮੈਨੂੰ ਵੀ ਲੱਗਦਾ ਭਾਈ ਟਰੈਕਟਰ ਤੇ ਮੂਰੇ ਕਿਹੜਾ ਬੈਠਾ ਓਏ ਓਏ ਉਹ ਪਤਾ ਨਹੀਂ ਉਹ ਯਾਰ ਮੁੰਡਾ ਜਿਹਾ ਉਹ ਲੜਾਈਆਂ ਜਾਂ ਚ ਮੈਨੂੰ ਲੱਗਦਾ ਆਇਆ ਹੋਇਆ ਚਲ ਕੋਈ ਨਾ ਉਹਨਾਂ ਦੇ ਦੇਖਦੇ ਆ ਆਪਾਂ ਉਹਦਾ ਕੀ ਕਰ ਦੂ ਆਪਣਾ ਕੋਈ ਆ ਜੇ ਚਲ ਆਉਣ ਦੇ ਲਾਦੀ ਤਾਂ ਲੱਲੀ ਛੱਲੀ ਜੀ ਆ ਮੰਡੀਰ ਜੀ ਬੜੀ ਚੱਕੀ ਫਿਰਦਾ ਬਾਬਾ ਓਏ ਦਿਖਾਉਣ ਵਾਲੀ ਆ ਸੰਦ ਬਾਬਾ ਦਾ ਐਂ ਆ ਦਿਖਾਉਣ ਵਾਲੀ ਆ ਇਹ ਸੰਦ ਬਸ ਆ ਚਲ ਦੇਖਦੇ ਆ ਫਿਰ ਰੌਲਾ ਪਾਉਣ ਵਾਲੀ ਇਹ ਕਾਸੇ ਵਾਲੇ ਨਹੀਂ ਹਲ ਵੀ ਪਾ ਕੇ ਲੈ ਕੇ ਆਇਓ ਤਾਂ ਓਏ ਮਤਲਬ ਪੂਰਾ ਕਬਜ਼ਾ ਉਹ ਹੌਣ ਵੀ ਲੱਗ ਗਏ ਖੜੇ ਆਉਣ ਦੇ ਉਹਨਾਂ ਦੇਖਦੇ ਆ ਹੌਣ ਦੇ ਕੋਈ ਨਾ ਦੇਖਦੇ ਆ ਬਹੁਤ ਲੱਗ ਗਏ ਹੋ ਆ ਗਏ ਹੋਇਆ ਚੱਲੋ ਆ ਗਏ ਦੱਸੋ ਕਿਵੇਂ ਪਿਓ ਨੇ ਸਾਨੂੰ
ਲੈ ਸ਼ੇਰਾ ਹੁਣ ਦੇਖ ਤੇਰਾ ਹੈ ਤੇ ਕਬਜ਼ਾ ਲਏ ਤਾ ਆਪਾਂ ਠੀਕ ਹੈ ਤੇਰੇ ਨਾਲ ਗੱਲ ਕਰੀ ਸੀ ਇੱਕ ਕਿੱਲੇ ਦਾ ਸਾਡਾ ਖਰਚੇ ਸੀ ਤੇਰੇ ਸਾਹਮਣੇ ਦੇਖਾ ਕਿੰਨੇ ਦਾ ਮੁੰਡੇ ਲਿਆਂਦੇ ਨੇ ਮੈਂ ਪਹਿਲਾਂ ਉੱਥੇ ਮੁਲਾਜ਼ਮਾਂ ਕੋਲ ਕਾਗਜ਼ੀ ਕਾਰਵਾਈ ਕਰੀ ਹੈ ਫਿਰ ਕਬਜ਼ਾ ਵਾਹਨ 'ਚ ਬਣਿਆ ਜੇ ਕਾਗਜ਼ੀ ਕਾਰਵਾਈ ਤੋਂ ਕਰੇ ਤੋਂ ਬਿਨਾਂ ਵੀ ਨਹੀਂ ਵੜ ਸਕਦੇ ਸੀ ਤੇ ਹੁਣ ਤੂੰ ਆਪਦਾ ਇੱਕ ਕਿੱਲਾ ਜਿਹੜੇ ਪਾਸੇ ਮਰਜ਼ੀ ਸਾਂਭ ਲੈ ਸ਼ੇਰਾ ਠੀਕ ਹੈ ਹਾਂ ਜਿਹੜੇ ਪਾਸੇ ਤੈਨੂੰ ਚੰਗਾ ਲੱਗਦਾ ਉੱਧਰ ਸਾਂਭ ਲੈ ਸਾਨੂੰ ਤਾਂ ਕਰਮ ਘੱਟ ਛੱਡ ਦੇ ਕੋਈ ਗੱਲ ਨਹੀਂ ਅੱਛਾ ਤਾਂ ਤੇਰਾ ਇੱਕ ਹਿੰਡੀ ਪਕਾਉਣੀ ਸੀ ਵੀ ਉਹ ਮਾੜੇ ਬੰਦੇ ਦੀ ਜ਼ਮੀਨ ਹਰੇਕ ਨਰਮ ਬੰਦੇ ਨੂੰ ਹਰੇਕ ਤਕਾ ਲੈਂਦਾ ਹੈਗਾ ਤੇਰੀ ਦੱਬੀ ਬੈਠੇ ਜੀ ਉਹ ਅਸੀਂ ਤੇਰੀ ਛੜਾ ਕੇ ਦੇਤੀ ਜ਼ਮੀਨ ਜਿੰਨਾ ਕੁ ਖਰਚਾ ਹੋਈ ਤਾਂ ਉਹੀ ਵਾਹਣ ਲਵਾਂਗੇ ਉਨਾ ਕੁ ਜਿੰਨਾ ਸਾਡਾ ਖਰਚਾ ਹੋ ਗਿਆ ਬਾਕੀ ਤੂੰ ਆਪਦਾ ਸਾਂਭ ਲੈ ਜਿਹੜੇ ਪਾਸੇ ਸਾਹਮਣਾ ਉਹੀ ਸਾਂਭ ਲੈ ਆਹ ਮੈਂਬਰ ਖੜਾ ਹੈਗਾ ਤੇ ਇਹ ਤੋਂ ਆਪਦੀ ਵੱਟ ਪਵਾ ਲੈ ਠੱਡੇ ਲਵਾ ਲੈ ਇਹ ਤੋਂ ਆਪਦੇ ਲਵਾ ਕੇ ਠੱਡੇ ਤੇ ਆਪਦਾ ਵਾਹ ਲੈ ਠੀਕ ਹੈ ਹਾਂ ਮੈਂਬਰਾਂ ਲਾ ਦੇ ਠੱਡੇ ਆਪਣੇ ਮੂਹਰੇ ਖੜਦੇ ਗੁਰਨੇ ਆਪਣੀ ਪਹੁੰਚ ਬਹੁਤ ਤਾਹ ਤੱਕ ਕਰਾਏਗੀ ਕੋਈ ਗੱਲ ਨੀ ਹਾਂ ਠੀਕ ਹੈ ਜਾ ਲਵਾ ਲੈ ਠੱਡੇ ਮੈਂਬਰ ਸਾਹਿਬ ਤੋਂ ਲਵਾ ਲੈ ਠੱਡਾ ਆਪਦਾ ਜਿੱਥੇ ਤੇਰਾ ਤੈਨੂੰ ਲੋਟ ਲੱਗਦਾ ਨੁਕਸਾਨ ਨਾ ਕਰਦੇ ਹੋ ਠੱਡੇ ਲਾ ਦੇ ਵਾਹਣ ਮਿਣ ਕੇ ਚੱਲ ਲਾ ਠੱਡੇ ਕਿੱਥੇ ਲਾਉਣਾ ਚੱਲ ਮਦਦੀ ਕਰਨੀ ਸੀ ਉਹ ਇਹਨੂੰ ਛੱਡਦਾ ਨੀ ਸੀਗਾ ਹੁਣ ਵੜ ਕੇ ਰੱਖਾ ਵਾਹਣ ਚ ਜਵਾਕ ਦੀ ਸਮਾਂ ਇਹਦਾ ਕਬਜ਼ਾ ਛੱਡਦੇ ਨਹੀਂ ਸੀ ਉਹ ਨਹੀਂ ਅਸੀਂ ਦੱਬਣੀ ਹੁੰਦੀ ਹੁਣ ਕਾਹਨੂੰ ਦਿੰਦੇ ਇਹਨੂੰ ਅਸੀਂ ਤਾਂ ਇਹਦੀ ਮਦਦ ਕਰੀ ਹੈ ਅਸੀਂ ਨੀ ਇਹਨੂੰ ਇਹ ਤਾਂ ਫੇਰ ਵੀ ਇਹਨੂੰ ਤੰਗ ਕਰਨ ਲੱਗੇ ਫੇਰ ਵੀ ਨੀ ਉਹ ਕਰਦੇ ਉਹ ਚਲੋ ਮੁੰਡੇ ਚੱਲ ਗਏ ਹੁਣ ਫਿਰ ਹੋਰ ਸ਼ਾਬਾਸ਼
चलो जी असि ये वीडियो बनाई है ये देखो आप छरे आम देखते हो पिंड भी ए गरीब लोगों धक्का होंगे गा ये असी सिर्फ थोड़े मनोरंजन वास्ते बनाई हैगी तो दिखाया गया भी गरीबा ना धक्का होंगे गा तो असी तो उस गरीब की मदद करके उसकी जमीन छड़ा के दी है तो हर एक जगह ही तुम देखते हो गरीबा ना धक्का होंगे ही आता है तो बेचारे की जमीन छड़ ली जो माँ प्यो बारा से आप जमीन छड़ा के दी है तो अगला साडा मन दसो असी थोड़े वास्ते हजे नवी तो नवी वधिया वीडियो थोड़े मनोरंजन वास्ते लैके आउंदे रहांगे साडी वीडियो किद्दां लगी लाइक शेयर कमेंट करके जरूर दस्सो सब्सक्राइब करना ना भुल्लो धन्यवाद जी।